ਬਹੁਤ ਹੀ ਪਿਆਰੇ ਵਿਦਿਆਰਥੀਓ ਅੱਜ ਦੇ ਇਸ ਵੀਡੀਓ ਦੇ ਵਿੱਚ ਅਸੀਂ ਡਿਸਕਸ ਕਰਾਂਗੇ ਟਰਾਂਸਫਰਮੇਸ਼ਨ ਆਫ ਸੈਂਟੈਂਸਸ ਫਰਸਟ ਕੁਐਸਚਨ ਹੈ ਟਰਾਂਸਫਰਮ ਇਨਟੂ ਅ ਕੰਪਲੈਕਸ ਸੈਂਟੈਂਸ ਸੈਂਟੈਂਸ ਨੂੰ ਅਸੀਂ ਕੰਪਲੈਕਸ ਸੈਂਟੈਂਸ ਵਿੱਚ ਚੇਂਜ ਕਰਨਾ ਹੈ ਚੇਂਜ ਇਸ ਤਰ੍ਹਾਂ ਕਰਨਾ ਹੈ ਕਿ ਉਸਦਾ ਮੀਨਿੰਗ ਨਾ ਚੇਂਜ ਹੋਏ ਸਿਰਫ ਉਸਦੀ ਫਾਰਮ ਚੇਂਜ ਹੋ ਜੇ ਕੁਐਸਚਨ ਇਜ਼ ਵੀ ਮਸਟ ਈਟ ਟੂ ਲਿਵ ਸਾਨੂੰ ਜਿਉਂਦੇ ਰਹਿਣ ਦੇ ਲਈ ਜ਼ਰੂਰ ਹੀ ਖਾਣਾ ਚਾਹੀਦਾ ਹੈ ਤਾਂ ਪੈਸਾ ਆਨਸਰ ਕੀ ਬਣਾਵਾਂਗੇ ਵੀ ਮਸਟ ਈਟ ਸੋ ਥੈਟ ਵੀ ਮੇ ਲਿਵ ਵੀ ਮਸਟ ਈਟ ਸੋ ਥੈਟ ਵੀ ਮੇ ਲਿਵ ਤਾਂ ਇਥੇ ਵੀ ਲਾਈਨ ਦਾ ਮੀਨਿੰਗ ਕੀ ਹੈ ਕਿ ਸਾਨੂੰ ਜਰੂਰ ਹੀ ਖਾਣਾ ਚਾਹੀਦਾ ਹੈ ਤਾਂ ਕਿ ਅਸੀਂ ਜਿਉਂਦੇ ਰਹੀਏ ਨੈਕਸਟ ਕੁਐਸਚਨ ਹੈ ਆਈ ਸੋਲਡ ਮਾਈ ਲੇਮ ਹਾਰਸ ਮੈਂ ਆਪਣਾ ਲੰਗੜਾ ਘੋੜਾ ਵੇਚ ਦਿੱਤਾ ਤਾਂ ਆਪਾਂ ਇਹਨੂੰ ਕਿਵੇਂ ਕਵਾਂਗੇ ਮੈਂ ਆਪਣਾ ਉਹ ਘੋੜਾ ਵੇਚ ਦਿੱਤਾ ਜੋ ਲੰਗੜਾ ਸੀ ਆਈ ਸੋਲਡ ਮਾਈ ਹਾਰਸ ਦੈਟ ਵਾਸ ਲੇਮ ਆਈ ਸੋਲਡ ਮਾਈ ਹਾਰਸ ਦੈਟ ਵਾਸ ਲੇਮ ਮੈਂ ਆਪਣਾ ਉਹ ਘੋੜਾ ਵੇਚ ਦਿੱਤਾ ਜਿਹੜਾ ਲੰਗੜਾ ਸੀ ਨੈਕਸਟ ਹੈ ਸ਼ੀ ਪ੍ਰਮਾਈਜ਼ ਟੂ ਹੈਲਪ ਮੀ ਉਸ ਨੇ ਮੇਰੀ ਮਦਦ ਕਰਨ ਦਾ ਵਾਅਦਾ ਕੀਤਾ ਤਾਂ ਆਪਾਂ ਇਸ ਨੂੰ ਕੀ ਕਹਾਂਗੇ ਸ਼ੀ ਪ੍ਰਮਾਈਜ਼ਡ ਥੈਟ ਸ਼ੀ ਊਡ ਹੈਲਪ ਮੀ ਉਸਨੇ ਇਹ ਵਾਅਦਾ ਕੀਤਾ ਕਿ ਉਹ ਮੇਰੀ ਮਦਦ ਕਰੇਗੀ ਨੈਕਸਟ ਹੈ ਇਸ ਸ਼ੀ ਅ ਫੂਲ ਕਿ ਉਹ ਮੂਰਖ ਹੈ ਨਹੀਂ ਉਹ ਮੂਰਖ ਨਹੀਂ ਹੈ ਆਪਾਂ ਇਸ ਤਰ੍ਹਾਂ ਕਹਾਂਗੇ ਇਸ ਸ਼ੀ ਅ ਫੂਲ ਇਸ ਦਾ ਆਪਾਂ ਬਣਾਣਾ ਹੈ ਅਸੈਰਟਿਵ ਸੈਂਟੈਂਸ ਇਹ ਸੀਗਾ ਇੰਟਰੋਗੇਟਿਵ ਆਪਾਂ ਅਸੈਰਟਿਵ ਸੈਂਟੈਂਸ ਬਣਾਣਾ ਹੈ ਸਧਾਰਨ ਵਾਕ ਬਣਾਣਾ ਹੈ ਤਾਂ ਪੱਕੀ ਕਹਾਂਗੇ ਸ਼ੀ ਇਜ਼ ਨਾਟ ਅ ਫੂਲ ਨੈਕਸਟ ਹੀ ਇਜ਼ ਟੂ ਫੈਟ ਟੂ ਰਨ ਉਹ ਇੰਨਾ ਮੋਟਾ ਹੈ ਕਿ ਦੌੜ ਨਹੀਂ ਸਕਦਾ ਤਾਂ ਆਪਾਂ ਟੂ ਤੇ ਟੂ ਦਾ ਕਿਵੇਂ ਯੂਜ਼ ਕਰਦੇ ਆ ਹੀ ਇਜ਼ ਪਹਿਲਾ ਟੂ ਹਟਾ ਕੇ ਉੱਥੇ ਆਪਾਂ ਲਗਾ ਦੇਣਾ ਹੈ ਸੋ ਹੀ ਇਜ਼ ਸੋ ਫੈਟ ਫਿਰ ਆਪਾਂ ਪਿਛਲਾ ਟੂ ਹਟਾ ਕੇ ਉੱਥੇ ਲਗਾਣਾ ਹੈ ਦੈਟ ਦੈਟ ਉਸ ਤੋਂ ਬਾਅਦ ਆਪਾਂ ਦੇਖਣਾ ਹੈ ਸਬਜੈਕਟ ਸਬਜੈਕਟ ਵਿੱਚ ਆਪਣੇ ਕੋਲੇ ਲੱਗਿਆ ਹੀ ਦੈਟ ਹੀ ਇਥੇ ਇਜ਼ ਲੱਗਿਆ ਤਾਂ ਪਲਾ ਦਾਂਗੇ ਕੈਨ ਨਾਟ ਵਾਸ ਲੱਗਿਆ ਹੁੰਦਾ ਤਾਂ ਆਪਾਂ ਲਾਉਣਾ ਸੀ ਕੁਡ ਨਾਟ 댓 ਹੀ ਕੈਨ ਨਾਟ ਰਨ ਉਹ ਇੰਨਾ ਮੋਟਾ ਹੈ ਕਿ ਉਹ ਦੌੜ ਨਹੀਂ ਸਕਦਾ ਨੈਕਸਟ ਹੈ ਵਰਕ ਹਾਰਡ ਟੂ ਪਾਸ ਦਾ ਐਗਜ਼ਾਮੀਨੇਸ਼ਨ ਹੁਣ ਆਪਾਂ ਇਸ ਦਾ ਕੰਪਾਊਂਡ ਸੈਂਟੈਂਸ ਬਣਾਨੇ ਕੰਪਾਊਂਡ ਦੇ ਵਿੱਚ ਆਪਾਂ ਕੋਈ ਕਨੈਕਟਰ ਲਗਾਣੇ ਆ ਜਾਂ ਤਾਂ ਆਰ ਲਗਾ ਕੇ ਜਾਂ ਐਂਡ ਵਗੈਰਾ ਲਗਾ ਕੇ ਆਪਾਂ ਸੈਂਟੈਂਸ ਬਣਾ ਦਿੰਨੇ ਆ ਤਾਂ ਆਪਣਾ ਆਨਸਰ ਕੀ ਬਣੇਗਾ ਵਰ ਨੈਕਸਟ ਹੈ ਹਿਸ ਵਿਕਟਰੀ ਇਜ਼ ਸਰਟਨ ਤਾਂ ਆਪਾਂ ਇਸ ਦਾ ਬਣਾਣਾ ਹੈ ਕੰਪਲੈਕਸ ਸੈਂਟੈਂਸ ਉਸ ਦੀ ਜਿੱਤ ਯਕੀਨੀ ਹੈ ਤਾਂ ਆਪਣਾ ਆਨਸਰ ਕੀ ਬਣ ਜੇਗਾ ਇਟ ਏਜ਼ ਸਰਟਨ ਇਸ ਗੱਲ ਦਾ ਪੂਰਾ ਯਕੀਨ ਹੈ ਬੈਟ ਵਿਕਟਰੀ ਵਿਲ ਬੀ ਹਿਸ ਕਿ ਜਿੱਤ ਉਸ ਦੀ ਹੋਏਗੀ ਇਟ ਇਜ਼ ਸਰਟਨ ਥੈਟ ਵਿਕਟਰੀ ਵਿਲ ਬੀ ਹਿਸ ਨੈਕਸਟ ਹੈ ਵਾਟ ਏ ਲਵਲੀ ਸੀਨ ਇਹ ਐਕਸਕਲੇਮੇਟਰੀ ਸੈਂਟੈਂਸ ਹੈ ਇਹਨੂੰ ਵੀ ਆਪਾਂ ਅਸੈਟਿਵ ਸੈਂਟੈਂਸ ਸਧਾਰਨ ਸੈਂਟੈਂਸ ਵਿੱਚ ਚੇਂਜ ਕਰਨਾ ਹੈ ਤਾਂ ਆਪਾਂ ਜਦੋਂ ਇਹਨੂੰ ਚੇਂਜ ਕਰਾਂਗੇ ਵਰਡ ਵੈਰੀ ਦਾ ਯੂਜ਼ ਕਰਾਂਗੇ it is a very lovely scene next hai he died in his youth is da vi apan complex sentence banana hai ta ki banega when he died he was very young ਜਦੋਂ ਉਸ ਦੀ ਡੈਥ ਹੋਈ ਤਾਂ ਉਹ ਬਹੁਤ ਜਵਾਨ ਸੀ ਨੈਕਸਟ ਹੈ ਕਮਿੰਗ ਹੇਅਰ ਹੀ ਟੁਕ ਅਵੇ ਮਾਈ ਮਾਈ ਬੁక్స్ ਤਾਂ ਆਪਣਾ ਕੀ ਆਨਸਰ ਬਣੇਗਾ ਹੀ ਕੇਮ ਇੱਥੇ ਇਹਦਾ मीनिंग ਹੈ ਕਮਿੰਗ ਹੇਅਰ ਇੱਥੇ ਆ ਕੇ ਹੀ ਉਹ ਆਪਣੀ ਕਿਤਾਬਾਂ ਲੈ ਗਿਆ ਤਾਂ ਆਪਾਂ ਕੀ ਕਵਾਂਗੇ ਹੀ ਕੇਮ ਐਂਡ एंड वर्ड लगा लिया आपा पहला सेंटेंस कंप्लीट हो गया ही केम पूरा मीनिंगफुल सेंटेंस है एंड ही टुक अवे हिज एंड टुक अवे माई बुक्स आ लग्या है माई माई बुक्स ਨੈਕਸਟ ਹੈ ਹੀ ਇਜ਼ ਸ਼ੋਰ ਆਫ ਹਿਸ ਸਕਸੈਸ ਇਹਨੂੰ ਆਪਾਂ ਕੰਪਲੈਕਸ ਸੈਂਟੈਂਸ ਵਿੱਚ ਚੇਂਜ ਕਰਨਾ ਹੈ ਇਹਦਾ ਕੀ मीनिंग ਹੈ ਉਸ ਨੂੰ ਆਪਣੀ ਸਕਸੈਸ ਦਾ ਪੂਰਾ ਯਕੀਨ ਹੈ ਤਾਂ ਫਿਰ ਇਹਨੂੰ ਆਪਾਂ ਕਿਸ ਤਰ੍ਹਾਂ ਕਹਾਂਗੇ ਕੰਪਲੈਕਸ ਵਿੱਚ ਉਸ ਨੂੰ ਯਕੀਨ ਹੈ ਕਿ ਉਹ ਸਫਲ ਹੋਏਗਾ ਹੀ ਇਜ਼ ਸ਼ੋਰ ਥੈਟ ਹੀ ਵਿਲ ਸਕਸੀਡ ਕਿ ਉਹ ਸਫਲ ਹੋਏਗਾ ਨੈਕਸਟ ਹੈ एवरीवन 노ਸ ਹਿਮ ਇਹਨੂੰ ਆਪਾਂ ਚੇਂਜ ਕਰਨਾ ਹੈ ਇੰਟੈਰੋਗੇਟਿਵ ਚ ਇਹਦਾ मीनिंग ਹੈ ਕਿ ਹਰ ਇੱਕ ਉਸ ਨੂੰ ਜਾਣਦਾ ਹੈ ਜਦੋਂ ਆਪਾਂ ਇੰਟੈਰੋਗੇਟਿਵ ਕਰਾਂਗੇ ਫਿਰ ਇਹਨੂੰ ਕੀ ਕਵਾਂਗੇ ਆਪਾਂ ਉਹਨੂੰ ਕੌਣ ਨਹੀਂ ਜਾਣਦਾ ਤਾਂ ਆਪਣਾ ਆਨਸਰ ਹੋ ਗਿਆ ਹੂ ਡਸ ਨੋਟ ਨੋ ਹਿਮ ਨੈਕਸਟ ਇਜ਼ ਹੀ ਇਜ਼ ਟੂ ਏਕ ਟੂ ਰਨ ਤੇ ਇਹਦੇ ਵਿੱਚ ਟੂ ਨੂੰ ਆਪਾਂ ਰਿਮੂਵ ਕਰਨਾ ਹੈ ਇਹਨੂੰ ਰਿਮੂਵ ਕਰਨ ਦਾ ਕੀ ਤਰੀਕਾ ਹੈ ਪਹਿਲਾ ਟੂ ਹਟਾ ਕੇ ਇੱਥੇ ਸੋ ਲਗਾਵਾਂਗੇ ਦੂਜਾ ਟੂ ਹਟਾ ਕੇ ਇੱਥੇ that ਲਗਾਵਾਂਗੇ is ਲੱਗਿਆ ਤਾਂ ਆਪਾਂ cannot ਲਗਾ ਦੇਾਂਗੇ ਸਬਜੈਕਟ ਹੀ ਹੈ ਤਾਂ ਅੰਦਰਲੇ ਪਾਸੇ ਵੀ ਹੀ ਦਾ ਯੂਜ਼ ਕਰ ਦੇਾਂਗੇ he is so weak ਪਹਿਲਾ two ਹਟਾ ਕੇ so ਲੱਗ ਗਿਆ that ਦੂਜੇ two ਤੇ ਆ ਲੱਗ ਗਿਆ that ਹੁਣ ਜਿਹੜਾ ਵਰਬ ਹੈ ਸਬਜੈਕਟ ਹੈ ਉਹ ਲੱਗਿਆ ਹੀ that he cannot ਇੱਥੇ cannot ਲੱਗਣਾ ਕਿਉਂਕਿ ਇੱਥੇ is ਲੱਗਿਆ ਸੀ that he cannot run next hai india is my land of birth is nu hi apan complex sentence de vich change karna hai india meri birthland hai ta apan ki kawange india oh land hai jithe mera janm hoya india is the land the lagega age इंडिया इज द लैंड इंडिया उही लैंड है वेयर आई वॉज बॉर्न इंडिया इज द लैंड वेर आई वॉज बॉर्न ਨੈਕਸਟ ਹੈ ਮੁੰਬਈ ਇਸ ਦਾ ਲਾਰਜੈਸਟ ਮੈਟਰੋ ਸਿਟੀ ਇਨ ਇੰਡੀਆ ਇੰਡੀਆ ਦੇ ਵਿੱਚ ਮੁੰਬਈ ਸਭ ਤੋਂ ਵੱਡਾ ਮੈਟਰੋ ਸਿਟੀ ਹੈ ਇਹਦਾ ਕਰਨਾ ਕੀ ਹੈ ਡਿਗਰੀ ਆਫ ਕੰਪੈਰੀਸਨ ਆਪਾਂ ਚੇਂਜ ਕਰਨੀ ਹੈ ਇੱਥੇ ਜਦੋਂ ਆਪਾਂ ਇਹਦਾ ਇਹਨੂੰ ਚੇਂਜ ਕਰਾਂਗੇ ਇਹਦਾ ਜਿਹੜਾ मीनिंग ਹੈ ਉਹ ਚੇਂਜ ਨਹੀਂ ਹੋਏਗਾ ਆਪਾਂ ਇਹ ਕਹਾਂਗੇ ਕਿ ਇੰਡੀਆ ਦਾ ਹੋਰ ਕੋਈ ਵੀ ਸਿਟੀ ਹੈ ਜਿਹੜਾ ਉਹ ਇੰਨਾ ਵੱਡਾ ਨਹੀਂ ਜਿੰਨਾ ਕਿ ਮੁੰਬਈ no other city in india is as large as ਇਹ ਇਕੱਠੇ ਲੱਗਦੇ ਹੁੰਦੇ ਵਰਡ no other city in india is as large as mumbai next is his remarks pleased all ਬਟ ਇਹਦੇ ਵਿੱਚ ਥੋੜਾ ਜਿਹਾ ਆਪਣਾ ਸੈਂਟੈਂਸ ਠੀਕ ਕਰਨ ਵਾਲਾ ਹੈ ਇੱਥੇ ਹੋਣਾ ਚਾਹੀਦਾ ਹੈ his his remarks प्लीज ऑल ਤਾਂ ਆਪਣਾ ਆਨਸਰ ਕੀ ਬਣ ਜਾਏਗਾ ਇਟ ਔਰ ਹਿਸ ਰਿਮਾਰਕਸ ਇਹ ਉਹਦੇ ਹੀ ਰਿਮਾਰਕਸ ਸੀਗੇ 댓 ਪਲੀਜ਼ 올 ਜਿਹੜੇ ਕਿ ਹਰ ਇੱਕ ਨੂੰ ਖੁਸ਼ ਕਰਦੇ ਨੇ ਨੈਕਸਟ ਹੈ ਰਾਮ ਇਜ਼ ਦਾ ਟਾਲੈਸਟ ਬாய் ਇਸ ਨੂੰ ਆਪਾਂ ਕੀ ਕਰਨਾ ਹੈ ਡਿਗਰੀ ਆਫ ਕੰਪੈਰੀசன் ਦੇ ਵਿੱਚ ਚੇਂਜ ਕਰਨਾ ਹੈ ਤੈਨੂੰ ਆਪਾਂ ਕੀ ਕਵਾਂਗੇ ਨੋ ਅਦਰ ਬாய் ਇਸ ਐਜ਼ ਟਾਲ ਐਜ਼ ਰਾਮ ਕੋਈ ਵੀ ਬੱਚਾ ਇੰਨਾ ਟਾਲ ਨਹੀਂ ਹੈ ਜਿੰਨਾ ਕਿ ਰਾਮ ਨੈਕਸਟ ਹੈ ਹੀ ਸੋਲਡ ਹਿਸ ਲੇਮ ਹਾਰਸ ਇਹਨੂੰ ਵੀ ਆਪਾਂ ਕੰਪਲੈਕਸ ਸੈਂਟੈਂਸ ਵਿੱਚ ਬਣਾਉਣਾ ਹੈ ਤਾਂ ਆਪਾਂ ਕੀ ਕਵਾਂਗੇ ਕਿ ਮੈਂ ਆਪਣਾ ਉਹ ਕੋੜਾ ਵੇਚ ਦਿੱਤਾ ਜੋ ਕਿ ਲੰਗੜਾ ਹੈ ਆਈ ਸੋਲਡ ਮਾਈ ਹਾਰਸ ਥੈਟ ਵਾਸ ਲੇਮ ਨੈਕਸਟ ਹੈ ਹੀ ਹੋਪਡ ਟੂ ਪਾਸ ザ ਟੈਸਟ ਉਹਨੂੰ ਟੈਸਟ ਪਾਸ ਕਰਨ ਦੀ ਉਮੀਦ ਸੀ ਤਾਂ ਆਪਾਂ ਇਹਨੂੰ ਕੀ ਕਵਾਂਗੇ ਉਸ ਨੂੰ ਉਮੀਦ ਸੀ ਕਿ ਉਹ ਟੈਸਟ ਪਾਸ ਕਰ ਲਏਗਾ ਹੀ ਹੋਪਡ ਥੈਟ ਹੀ ਊਡ ਪਾਸ ਦਾ ਟੈਸਟ ਨੈਕਸਟ ਹੈ ਸ਼ੀ ਇਜ਼ ਸੋ 올ਡ ਥੈਟ ਸ਼ੀ ਕਾਂਟ ਵਾਕ ਪਹਿਲਾਂ ਆਪਾਂ ਟੂ ਤੇ ਟੂ ਨੂੰ ਰਿਮੂਵ ਕੀਤਾ ਸੀ ਹੁਣ ਆਪਾਂ ਟੂ ਤੇ ਟੂ ਨੂੰ ਯੂਜ਼ ਕਰ ਦੇਾਂਗੇ ਤਾਂ ਸੈਂਟੈਂਸ ਦੀ ਫਾਰਮ ਚੇਂਜ ਹੋ ਜਾਏਗੀ ਇਨੂੰ ਆਪਾਂ 2 ਦਾ ਯੂਜ਼ ਕਰਕੇ ਲਿਖਣਾ ਹੈ ਤਾਂ ਇਹ ਬਣ ਜਾਏਗਾ ਸ਼ੀ ਇਜ਼ ਪਹਿਲਾ ਸੋ ਹਟਾ ਦਿਓ ਟੀ ਡਬਲ ਵਾਲਾ ਲਗਾ ਦਿਓ ਸ਼ੀ ਇਜ਼ ਟੂ 올ਡ ਫਿਰ ਆਪਾਂ ਟੀ ਓ ਵਾਲਾ ਲਗਾਣਾ ਹੈ ਸ਼ੀ ਇਜ਼ ਸੋ ਸ਼ੀ ਇਜ਼ ਟੂ 올ਡ ਟੂ ਵਾਕ ਉਹ ਇੰਨੀ ਕਮਜ਼ੋਰ ਹੈ ਕਿ ਚੱਲ ਨਹੀਂ ਸਕਦੀ ਨੈਕਸਟ ਕੁਐਸਚਨ ਹੈ देयर इज ए ਵਿਲ देयर इज ए वे यदि आपको कॉम्प्लेक्स सेंटेंस बनाना है तो अपना आंसर की बनजूगा वेयर देयर इज ए वेल देयर इज ए वे नेक्स्ट है शी इज एक्सट्रीमली टॉकटिव रीराइट यूजिंग टू तो अपना आंसर की बना देंगे एक्सट्रीमली नो हटा देंगे एथे वर्ड लगा देंगे टू शी इज टू टॉकटिव नेक्स्ट है He asked for too much money as he was greedy. तब ऐसा compound sentence बनाना है तो क्या बनेगा? He was greedy. ये part नो पर पहला लगा देंगे. He was greedy. फिर लगा देंगे comma. So he asked for too much money. वो लालची सी इसलिए उसने too much money बहुत ज़्यादा पैसा मंगिया. Next है the teacher is ਟੂ ਵੀਕ ਟੂ ਕੰਟਰੋਲ ਦਾ ਕਲਾਸ ਇਹਦੇ ਵਿੱਚ ਆਪਾਂ ਰਿਮੂਵ ਕਰਨਾ ਹੈ 2 ਨੂੰ ਤੇ 2 ਨੂੰ ਤਾਂ ਆਨਸਰ ਕੀ ਬਣੇਗਾ ਪਹਿਲਾ 2 ਹਟਾ ਕੇ ਸੋ ਦੂਜੇ ਵਿੱਚ ਦੈਟ ਦ ਟੀਚਰ ਇਜ਼ ਸੋ ਵੀਕ ਦੈਟ ਟੀਚਰ ਵਾਸ ਲੱਗ ਜਾਏਗਾ ਹੀ ਦੈਟ ਹੀ ਕੈਨ ਨਾਟ ਇਹ ਆਪਾਂ ਆਪਣੇ ਕੋਲ ਲਗਾਣਾ ਹੈ ਕੈਨ ਇਸ ਕਰਕੇ ਲੱਗੇ ਕਿ ਇਥੇ ਜੀ ਇਸ ਲੱਗਿਆ ਹੋਇਆ ਹੈ that he cannot ट्रोल द कलास डियर स्टूडेंट्स आई होप तो सारे क्वेश्चन अच्छी तरह समझ आ गए होैंक यू हैव ए नाइस डे